ਸਮਝਦਾਰੀ ਦੀ ਸੁਚੱਜੀ ਵਰਤੋਂ ਕਰਦੀ ਹੈ ਖੂਬਸੂਰਤ ਖੁਸ਼ੀਆਂ ਦਾ ਆਗਾਜ਼, ਤੇ ਜ਼ਿੰਦਗੀ ਦਾ ਅਸਲ ਮਾਇਨਿਆਂ ਦੇ ਵਿੱਚ ਆਗਾਜ਼ ਹੁੰਦਾ ਹੈ ਸਕੂਲ ਤੋਂ। ਚਵਾਲ ਦੇ ਵਿੱਚ ਜਦੋਂ ਬੱਚਿਆਂ ਦੀ ਸਕੂਲਿੰਗ ਦਾ ਨਾਮ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜ਼ੁਬਾਨ ਤੇ ਨਾਮ ਆਉਂਦਾ ਹੈ ਹਾਰਵਰਡ ਲੇਨ ਸੀਨੀਅਰ ਸੈਕੰਡਰੀ ਸਕੂਲ ਦਾ। ਇਸ ਸਕੂਲ ਦੇ ਵਿੱਚ ਤੁਹਾਡੇ ਬੱਚੇ ਲਈ ਕੀ ਕੁਝ ਖਾਸ ਹੈ ਤੇ ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਆਗਾਜ਼ ਇੱਥੋਂ ਹੀ ਕਿਉਂ ਹੋਵੇ, ਉਹ ਸਾਰੀ ਜਾਣਕਾਰੀ ਅਸੀਂ ਅੱਜ ਤੁਹਾਨੂੰ ਦੇਵਾਂਗੇ ਹਾਰਵਰਡ ਲੇਨ ਸੀਨੀਅਰ ਸੈਕੰਡਰੀ ਸਕੂਲ ਦੇ ਬਾਰੇ। ਬੱਚਾ ਘਰ ਤੋਂ ਲੈ ਕੇ ਸਕੂਲ ਤੱਕ ਸੇਫ ਸਿਕਿਓਰ ਪਹੁੰਚੇ, ਉਹਦੇ ਲਈ ਸਕੂਲ ਦੇ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ ਟਰਾਂਸਪੋਰਟੇਸ਼ਨ ਦਾ। ਗੱਡੀਆਂ ਜਿਹੜੀਆਂ ਨੇ ਉਹ ਸੇਫਲੀ ਬੱਚੇ ਨੂੰ ਲੈ ਕੇ ਆਉਂਦੀਆਂ ਨੇ 25-30 ਕਿਲੋਮੀਟਰ ਜਿੰਨਾ ਵੀ ਅਰਾਊਂਡ ਏਰੀਆ ਹੈ ਉੱਥੋਂ ਤੁਹਾਡਾ ਬੱਚਾ ਜਿਹੜਾ ਸਕੂਲ ਤੱਕ ਪਹੁੰਚ ਸਕਦਾ ਹੈ। ਔਰ ਨਾਲ ਦੀ ਨਾਲ ਬੱਚਿਆਂ ਦੇ ਨਾਲ ਗੱਡੀ ਦੇ ਵਿੱਚ ਇੱਕ ਜਿਹੜਾ ਹੈਲਪਰ ਹੈ ਉਹ ਜ਼ਰੂਰ ਰੱਖਿਆ ਜਾਂਦਾ ਤਾਂ ਕਿ ਤੁਹਾਡੇ ਬੱਚੇ ਨੂੰ ਕੋਈ ਵੀ ਦਿੱਕਤ ਨਾ ਹੋਵੇ। ਸੋ ਪਿਛਲੇ 10 ਸਾਲ ਤੋਂ ਹਾਰਵਰਡ ਲੇਨ ਸੀਨੀਅਰ ਸਕੂਲ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਝਬਾਲ ਦੇ ਵਿੱਚ ਸਭ ਤੋਂ ਵਧੀਆ ਸਕੂਲ ਹੈ, ਔਰ ਪਿਛਲੇ 10 ਸਾਲ ਤੋਂ CBSE ਐਫਲੀਏਟਿਡ ਹੈ, ਰਿਸੈਪਸ਼ਨ ਏਰੀਆ ਹੈ, ਇੱਥੇ ਹਮੇਸ਼ਾ ਪੁੱਛਗਿੱਛ ਦੇ ਲਈ ਇੱਕ ਨਾ ਇੱਕ ਕੋਈ ਵੀ ਮੈਂਬਰ ਜਿਹੜਾ ਹੈ ਉਹ ਮੌਜੂਦ ਰਹਿੰਦਾ ਹੈ। ਕੋਈ ਵੀ ਪੁੱਛਗਿੱਛ ਤੁਸੀਂ ਸਕੂਲ ਬਾਰੇ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਤੁਸੀਂ ਅੱਗੇ ਜਾ ਸਕਦੇ ਹੋ। ਸਕੂਲ ਦੇ ਵਿੱਚ ਅਕੈਡਮਿਕ ਬਲੋਕ ਅਤੇ ਐਡਮਿਨਿਸਟ੍ਰੇਟਿਵ ਬਲੋਕ ਬਿਲਕੁਲ ਅਲੱਗ ਅਲੱਗ ਨੇ। ਆਪਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਅਕੈਡਮਿਕ ਬਲੋਕ ਦੇ ਵਿੱਚ। LKG ਕਲਾਸ ਦੇ ਵਿੱਚ ਅਸੀਂ ਖੜ੍ਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਛੋਟੇ ਬੱਚਿਆਂ ਦੇ ਨਾਲ ਡਿਸਿਪਲਿਨ ਬੁਲਾਉਣਾ ਕਿੰਨਾ ਔਖਾ ਹੁੰਦਾ ਹੈ, ਪਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਡਿਸਿਪਲਿਨ ਦੇ ਵਿੱਚ ਜਿਹੜੇ ਬੱਚੇ ਬੈਠੇ ਨੇ। ਔਰ ਜੇ ਸਟਾਫ ਦੀ ਗੱਲ ਕਰਾਂ ਤਾਂ ਡਿਸਿਪਲਿਨ ਤਾਂ ਹੀ ਬਣਦਾ ਜੇ ਸਟਾਫ ਅੱਛਾ ਹੋਏਗਾ। ਸਾਰੇ ਦਾ ਸਾਰਾ ਸਟਾਫ ਜਿਹੜਾ ਹੈਗਾ ਉਹ ਅੰਮ੍ਰਿਤਸਰ ਤੋਂ ਹੈ, ਇੱਕ ਸਟੈਂਡਰਡ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਕਲਾਸ ਦਾ ਮਾਹੌਲ ਤੁਸੀਂ ਵੇਖ ਸਕਦੇ ਹੋ, ਥਿਊਰੀ ਦੇ ਥਰੂ ਤਾਂ ਬੱਚੇ ਸਮਝਦੇ ਹੀ ਨੇ, ਪਰ ਜ਼ਰੂਰੀ ਹੁੰਦਾ ਹੈ ਕਿ ਬੱਚੇ ਨੂੰ ਪ੍ਰੈਕਟੀਕਲੀ ਸਮਝਾਇਆ ਜਾਵੇ। ਕੈਮਿਸਟਰੀ ਲੈਬ ਦੇ ਵਿੱਚ ਅਸੀਂ ਖੜ੍ਹੇ ਹਾਂ, ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਜਿਹੜੀ ਲੈਬ ਬਣੀ ਹੋਈ ਹੈ। ਇੱਥੇ ਬੱਚਿਆਂ ਨੂੰ ਪ੍ਰੈਕਟੀਕਲ ਕਰਕੇ ਔਰ ਸਾਰੇ ਇਕੁਪਮੈਂਟਸ ਉਹਨਾਂ ਨੂੰ ਦਿੱਤੇ ਗਏ ਨੇ ਜਿਹਦੇ ਨਾਲ ਉਹ ਚੰਗੀ ਤਰੀਕੇ ਦੇ ਨਾਲ ਪ੍ਰੈਕਟੀਕਲੀ ਸਮਝ ਸਕਣ। ਕਲਾਸਿਸ ਦੇ ਵਿੱਚ ਜਿਹੜੇ ਬੈਚਸ ਨੇ ਉਹ ਛੋਟੇ ਰੱਖੇ ਗਏ ਨੇ ਤਾਂ ਕਿ ਬੱਚਿਆਂ 'ਤੇ ਚੰਗੇ ਤਰੀਕੇ ਧਿਆਨ ਦਿੱਤਾ ਜਾਵੇ। ਔਰ ਜਿਹੜੀ ਖਾਸ ਗੱਲ ਮੈਨੂੰ ਵੇਖਣ ਨੂੰ ਮਿਲੀ ਹੈ ਉਹ ਇਹ ਕਿ ਪ੍ਰੋਜੈਕਟਰ ਦੇ ਥਰੂ ਬੱਚਿਆਂ ਨੂੰ ਚੰਗੇ ਤਰੀਕੇ ਸਮਝਾਇਆ ਜਾਂਦਾ ਤਾਂ ਕਿ ਇੱਕ ਇੱਕ ਗੱਲ ਜਿਹੜੀ ਹੈ ਉਹਨਾਂ ਨੂੰ ਦੁਬਾਰਾ ਪੁੱਛਣ ਦੀ ਜ਼ਰੂਰਤ ਨਾ ਪਵੇ। ਤੁਸੀਂ ਖੁਦ ਵੇਖ ਸਕਦੇ ਹੋ। ਇੱਥੇ ਦੀਆਂ ਦੀਵਾਰਾਂ 'ਤੇ ਜਿਹੜੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ, ਜੋ ਵੀ ਆਰਟ ਕ੍ਰੀਏਟ ਕੀਤਾ ਗਿਆ ਹੈ ਉਹ ਇਹਨਾਂ ਬੱਚਿਆਂ ਥਰੂ ਹੀ ਕਰਵਾਇਆ ਗਿਆ ਹੈ। ਔਰ ਇੱਥੇ ਖਾਸ ਸਿਖਲਾਈ ਦਿੱਤੀ ਜਾਂਦੀ ਹੈ ਆਰਟ ਦੀ ਤਾਂ ਕਿ ਤੁਹਾਡਾ ਬੱਚਾ ਅੱਗੇ ਜਾ ਕੇ ਜੇ ਕਲਾਕਾਰ ਬਣਨਾ ਚਾਹੁੰਦਾ ਹੈ, ਆਰਟਿਸਟ ਬਣਨਾ ਚਾਹੁੰਦਾ ਹੈ, ਤਾਂ ਉਹਦੇ ਲਈ ਵੀ ਹੁਣੇ ਤੋਂ ਉਹਨੂੰ ਤਿਆਰ ਕੀਤਾ ਜਾ ਸਕੇ। ਸਕੂਲ ਦੇ ਵੱਲੋਂ ਬਹੁਤ ਹੀ ਅੱਛੀ ਗਰਾਊਂਡ ਦਿੱਤੀ ਗਈ ਹੈ, ਵਾਲੀਬਾਲ ਦੀਆਂ ਗੇਮਸ ਹੁੰਦੀਆਂ ਨੇ, ਬੈਡਮਿੰਟਨ ਹੈ, ਐਥਲੈਟਿਕਸ ਹੈ, ਫੁੱਟਬਾਲ ਹੈ। ਔਰ ਫੁੱਟਬਾਲ ਦੇ ਬਾਰੇ ਮੈਂ ਦੱਸਾਂ ਤਾਂ ਨੈਸ਼ਨਲ ਲੈਵਲ ਤੱਕ ਜਿਹੜੀ ਹੈ ਇਹਨਾਂ ਦੀ ਟੀਮ ਖੇਡ ਚੁੱਕੀ ਹੈ, ਵਾਲੀਬਾਲ ਦੇ ਵਿੱਚ ਵੀ ਸਟੇਟ ਲੈਵਲ 'ਤੇ ਖੇਡ ਚੁੱਕੀ ਹੈ, ਬਹੁਤ ਸਾਰੇ ਮੈਡਲਸ ਜਿਹੜੇ ਇਸ ਸਕੂਲ ਦੇ ਬੱਚੇ ਨੇ ਉਹ ਜਿੱਤ ਚੁੱਕੇ ਨੇ। I have been studying here since my childhood from kindergarten, and in all these years I have observed and seen teachers trying their best to improve every aspect of the school. All the staff is really determined and passionate about their work and their duties. ਅਸੀਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਤੇ ਕਾਫੀ ਫੋਕਸ ਕਰਦੇ ਹਾਂ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਬਿਲੀਵ ਕਰਦੇ ਹਾਂ ਕਿ ਸਾਡੇ ਬੱਚੇ ਆਪਣੇ ਵਿੱਚ ਸਪੋਰਟਸ ਇਨਕਲਕੇਟ ਕਰਨ, ਸਟੇਜ ਅਪੀਅਰੈਂਸਿਸ 'ਤੇ ਕੰਮ ਕਰਨ ਥਰੂ ਮਿਊਜ਼ਿਕ, ਆਰਟ, ਡਾਂਸ ਜਾਂ ਅਦਰ ਵੇਰੀਅਸ ਫੋਰਮਸ, ਅਤੇ ਇਹ ਬੱਚੇ ਜਦੋਂ ਫਿਊਚਰ 'ਚ ਕਿਤੇ ਵੀ ਗਲੋਬਲ ਪਲੈਟਫਾਰਮ 'ਤੇ ਖੜ੍ਹੇ ਹੁੰਦੇ ਆ ਅਤੇ ਉਹ ਆਪਣੇ ਆਪ ਨੂੰ ਰੀਪ੍ਰੈਜੈਂਟ ਕਰ ਸਕਣ। ਅਤੇ ਮੈਂ ਇਸ ਮੋਟਿਵ ਨੂੰ ਲੈ ਕੇ ਚੱਲਿਆ ਸੀ ਕਿ ਪਿੰਡਾਂ ਦੇ ਵਿੱਚੋਂ ਸ਼ਹਿਰ ਜਾ ਕੇ ਪੜ੍ਹਾਈ ਕਰਨੀ ਬਹੁਤ ਮੁਸ਼ਕਲ ਸੀ। ਮੇਰਾ ਖੁਦ ਦਾ ਬੱਚਾ ਸ਼ਹਿਰ ਪੜ੍ਹਦਾ ਸੀ, ਲੇਕਿਨ ਉਹ ਬੜੀਆਂ ਮੁਸ਼ਕਲਾਂ ਝੱਲ ਕੇ ਸ਼ਾਮ ਨੂੰ ਉਹ ਇੱਕ ਟੁੱਟੀ ਜਿਹੀ ਵੈਨ ਦੇ ਉੱਤੇ ਇੱਥੇ ਆਉਂਦਾ ਸੀ।
ਸੋ ਇਸ ਕਰਕੇ ਮੇਰੇ ਮਨ 'ਚ ਖਿਆਲ ਆਇਆ ਕਿ ਹਰ ਕੋਈ ਇੰਨੀ ਕੋਸ਼ਿਸ਼ ਨਹੀਂ ਕਰ ਸਕਦਾ ਔਰ ਇੱਥੇ ਇੱਕ ਮਿਆਰੀ ਪੱਧਰ ਦੀ ਸੰਸਥਾ ਜਿਹੜੀ ਹੈ ਹੋਣੀ ਚਾਹੀਦੀ ਆ ਤਾਂ ਕਿ ਸਾਡੇ ਲੋਕਾਂ ਨੂੰ ਇਸ ਬਾਰਡਰ ਏਰੀਏ ਦੇ ਲੋਕਾਂ ਨੂੰ ਚੰਗੀ ਇੱਕ ਸ਼ਹਿਰ ਦੇ ਪੱਧਰ ਦੀ ਪੜ੍ਹਾਈ ਮਿਲ ਸਕੇ ਔਰ ਅੱਜ ਜਿਸ ਸੁਪਨੇ ਨੂੰ ਲੈ ਕੇ ਮੈਂ ਸੰਸਥਾ ਖੜੀ ਕੀਤੀ ਸੀ ਅੱਜ ਅਸੀਂ ਉਸ ਤੋਂ ਵੀ ਉੱਪਰ ਹਾਂ ਔਰ ਇਸ ਦਾ ਸਿਹਰਾ ਮੇਰੀ ਟੀਮ ਨੂੰ ਜਾਂਦਾ ਹੈ ਕਿਉਂਕਿ ਆਈ ਐਮ ਨੋਟ ਸੋ ਗੁੱਡ ਮੇਰੀ ਟੀਮ ਬਹੁਤ ਜ਼ਿਆਦਾ ਅੱਛੀ ਹੈ ਪ੍ਰਿੰਸੀਪਲ ਅੱਛੇ ਨੇ ਕੋਆਰਡੀਨੇਟਰਸ ਨੇ ਟੀਚਰਸ ਨੇ ਅਤੇ ਮਾਪਿਆਂ ਨੇ ਵੀ ਬਹੁਤ ਭਰਪੂਰ ਸਾਨੂੰ ਸਹਿਯੋਗ ਦਿੱਤਾ ਹੈ ਤਾਂ ਹੀ ਅਸੀਂ ਇੱਥੇ ਕੁਛ ਕਰ ਸਕੇ ਹਾਂ ਸੋ ਤੁਸੀਂ ਸੁਣੀ ਲਿਆ ਜੀ ਸਰ ਦੇ ਕੋਲੋਂ ਕਿ ਬੱਚਿਆਂ ਦੀ ਡਿਵੈਲਪਮੈਂਟ ਦੇ ਲਈ ਕੀ ਕੁਝ ਕੀਤਾ ਜਾਂਦਾ ਹੈ ਔਰ ਹੋਰ ਜ਼ਿਆਦਾ ਜੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਸਕਰੀਨ 'ਤੇ ਕੋਂਟੈਕਟ ਨੰਬਰਸ ਚੱਲ ਰਹੇ ਨੇ ਤੁਸੀਂ ਹੋਰ ਵੀ ਪੁੱਛਗਿੱਛ ਕਰ ਸਕਦੇ ਹੋ